ਕਿਸੇ ਨੂੰ ਮੈਡੀਕਲ ਠੀਕ ਹੈ ਅੱਗੇ ਕੋਈ ਹੋਰ ਚੀਜ਼ ਦੀ ਲੋੜ ਹੈ ਤਾਂ ਬਾਹਰ ਆਵੇ। परमात्मा कहने परमात्मा सब सुख शांति रखे दी बुरा हाल ही है सब बुरा हाल है। ਫਸਲ ਕਿੰਨੀ ਬੀਜੀ ਹੋਈ ਜੀ ਮਾਤਾ ਜੀ? ਫਸਲ ਜੀ 8 ਕਿੱਲੇ ਦੀ 4 ਕਿੱਲੇ ਕਰਨੇ ਨੇ ਸਾਰੇ ਠੇਕੇ ਤੇ ਨਹੀਂ ਹੋਈ ਹੈ ਕੁਛ ਨਾ ਲਾਉਣਾ ਸੀ ਪਨੀਰ ਦੀ ਬੋਗੀ ਕੀ ਰੇਟ ਨੂੰ ਲਿਆ ਸੀ ਠੇਕੇ ਤੇ 60,000 ਨੂੰ ਇੱਕ 70,000 ਨੂੰ 4 ਕਿੱਲੇ 70,000 ਨੂੰ ਦਿੱਤੇ ਸੀ ਦੂਜੇ 10 ਕਿੱਲੇ ਤੇ 12 ਉਹ 60,000 ਨੂੰ ਦਿੱਤੇ ਸੀ। ਉਮੀਦ ਬਚੀ ਆ ਹੁਣ ਵੀ ਉਹਦਾ ਕੋਈ ਭਰਪਾਈ ਹੋਊਗੀ? ਨਾ ਨਾ ਕੁਛ ਨਹੀਂ ਬਚਿਆ ਜੀ ਉਹ ਤਾਂ ਪਾਣੀ ਜਾ ਕੇ ਦੇਖਿਆ ਜਾਵੇ ਇੱਧਰ ਡੁੱਬ ਗਈ ਫਸਲ ਸਾਡੀ ਸਾਰੀ ਆ ਰੋਡ ਤੇ ਬੈਠੇ ਆ ਜੀ ਹੁਣ ਤਾਂ ਸਵੇਰ ਦੇ ਬੈਠੇ ਆ 3 ਵਜੇ ਜਿਹੜਾ ਪਾਣੀ ਆਇਆ ਕੋਈ ਨਹੀਂ ਇੱਥੋਂ ਰੋਕਦਾ ਜੀ ਗਰੀਬ ਬੰਦੇ ਆ ਜੀ ਠੀਕ ਹੈ ਹੁਣ ਫਸਲਾਂ ਵਾਲੇ ਤਾਂ ਕਰ ਦੂਗਾ ਸਲਾਹਤਾ ਅਤੇ ਗਰੀਬਾਂ ਦੀ ਕੌਣ ਕਰੂਗਾ ਫਸਲਾਂ ਨੂੰ ਤਾਂ ਸਲਾਹਤਾ ਮਿਲੂਗੀ ਨਾ ਸਾਨੂੰ ਗਰੀਬ ਬੰਦੇ ਨੂੰ ਸਲਾਹਤਾ ਨਹੀਂ ਮਿਲਣੀ ਸਾਡਾ ਘਰ ਡਿੱਗ ਜੂਗਾ ਜੀ 2 ਦਿਨਾਂ ਨੂੰ ਅਤੇ ਬੱਚੇ ਲੈ ਕੇ ਕਿੱਥੇ ਬੈਠਾ ਪੂਰਾ ਡੁੱਬ ਗਿਆ ਜੀ ਖਾਣ ਵੀ ਰਹਿ ਗਿਆ ਜੀ ਸਾਰਾ ਬੱਚੇ ਫਿਰ ਬੱਚੇ ਛੱਡਿਆਂ ਦੇ ਜੀ ਬੱਚੇ ਨਿਗਾ ਲਏ ਸੀਗੇ ਇੱਕ ਬੱਚਾ ਨਾਲ ਫਿਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਇਹ ਹੈ ਇੱਥੇ ਵੀ ਕੋਈ ਨਾਲੀਆਂ ਖਾਲੀਆਂ ਹੋਣ ਦੇਖੋ ਬਣੀਆਂ ਜਾਣ ਅਤੇ ਇਹ ਬਹੁਤ ਡੂੰਘਾ ਗਾ ਜੀ ਹਰ ਸਾਲ ਹੀ ਡੁੱਬਦੇ ਹਾਂ ਕੋਈ ਐਤਕੀ ਦਾ ਸਾਲ ਤਾਂ ਨਹੀਂ ਵੀ ਐਤਕੀ ਡੁੱਬ ਗਈ ਇੱਥੇ ਡੂੰਘਾ ਹੀ ਬਹੁਤ ਆ ਜੀ ਜਗ੍ਹਾ ਲੈਤੀ ਆ ਜੀ ਵਿਆਜੂ ਪੰਜ ਪੈਸੇ ਚੱਕ ਚੱਕ ਕੇ ਮਕਾਨ ਹੁਣ ਹੀ ਲੈਤਾ ਸੀਗਾ ਆਹ ਸਾਲ ਹੀ ਹੋਇਆ ਸੀਗਾ ਦੂਜੇ ਸਾਲ ਨੂੰ ਆ ਬਹਿ ਗਏ ਜੀ ਰੋਡ 'ਤੇ।